ਪੰਜਾਬ 'ਚ ਨਿੱਤ ਦਿਨ ਨਸ਼ਿਆਂ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਹੁਣ ਦੋ ਨੌਜਵਾਨਾਂ ਨੇ ਨਸ਼ੇ ਦੇ ਕਾਰਨ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਦੋਵਾਂ ਨੇ ਇਕੱਠੇ ਬੈਠ ਕੇ ਹੀ ਚਿੱਟੇ ਦਾ ਸੇਵਨ ਕੀਤਾ ਤੇ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਦੋਂ ਇਸ ਪਰਿਵਾਰ ਨੂੰ ਇਹਨਾਂ ਦੀ ਮੌਤ ਦਾ ਪਤਾ ਲੱਗਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ। ਨਸ਼ਾ ਕਾਰੋਬਾਰੀਆਂ ਖਿਲਾਫ ਹੁਣ ਪਰਿਵਾਰ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਦੋਵੇਂ ਨੌਜਵਾਨਾਂ ਦੀਆਂ ਇਕੱਠੇ ਡੈਡ ਬਾਡੀਜ਼ ਮਿਲੀਆਂ ਨੇ ਜਿਨ੍ਹਾਂ ਨੇ ਇਕੱਠੇ ਬੈਠ ਕੇ ਚਿੱਟੇ ਦਾ ਸੇਵਨ ਕੀਤਾ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਣਜੀਤ ਸਿੰਘ ਰਵੀ ਜਿਸਦੀ ਉਮਰ 35 ਸਾਲ ਅਤੇ ਦੂਜਾ ਬਨੀ ਜਿਸਦੀ ਉਮਰ 24 ਸਾਲ ਦੀ ਸੀ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਬੰਨੀ ਰਾਤ ਨੂੰ ਘਰ ਨਹੀਂ ਆਇਆ ਤੇ ਉਹ ਉਸ ਨੂੰ ਲੱਭਣ ਲਈ ਰਾਮਪੁਰਾ ਰੋਡ ਤੇ ਰਣਜੀਤ ਸਿੰਘ ਦੇ ਘਰ ਪਹੁੰਚੇ ਪਰ ਘਰ ਦੇ ਦਰਵਾਜ਼ੇ ਨੂੰ ਜਿੰਦਰਾ ਲੱਗਿਆ ਹੋਇਆ ਸੀ। ਦੋਵਾਂ ਦੇ ਫੋਨ ਵੀ ਬੰਦ ਆ ਰਹੇ ਸਨ। ਸ਼ੱਕ ਪੈਣ ਤੇ ਜਦੋਂ ਉਹ ਜਿੰਦਰਾ ਅਤੇ ਦਰਵਾਜ਼ਾ ਭੰਨ ਕੇ ਅੰਦਰ ਦਾਖਲ ਹੋਏ ਤਾਂ ਦੋਵੇਂ ਨੌਜਵਾਨ ਮ੍ਰਿਤਕ ਹਾਲਤ ਦੇ ਵਿੱਚ ਪਏ ਸਨ। ਇਸ ਮੌਕੇ ਮੌਜੂਦਾ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਜਾਂ ਫਿਰ ਕੋਈ ਜ਼ਹਿਰੀਲਾ ਨਸ਼ਾ ਕਰ ਲਿਆ ਗਿਆ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਪੁਲਿਸ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ, ਇਹ ਜਿਹੜੇ ਦੋਵੇਂ ਨੌਜਵਾਨ ਸੀਗੇ ਸਾਡੇ ਦਲਿਤ ਸਮਾਜ ਚੋਂ ਸੀ, ਵਾਲਮੀਕੀ ਸਮਾਜ ਚੋਂ ਸੀਗੇ। ਇਹ ਦੋਵੇਂ ਵੈਸੇ ਤਾਂ ਮੁੰਡੇ ਅੱਜ ਤੱਕ ਤੇ ਅਸੀਂ ਇਹ ਕਹਿ ਸਕਦੇ ਵੀ ਸਾਨੂੰ ਠੀਕ ਸੀਗੇ, ਕੋਈ ਏਦਾਂ ਦਾ ਸਾਨੂੰ ਕੋਈ ਲੱਗਦਾ ਨਹੀਂ ਸੀਗਾ, ਪਰ ਜੋ ਅੱਜ ਉਹਨਾਂ ਦੀ ਅਸੀਂ ਆਨ ਦੀ ਸਪੋਰਟ ਜਾ ਕੇ ਉੱਤੇ ਡੈਡ ਬੋਡੀਆਂ ਦੇਖੀਆਂ ਨੇ, ਉਹ ਤੋਂ ਸਾਨੂੰ ਜਾਂ ਤਾਂ ਇਹ ਲੱਗਦਾ ਸੀ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਆ ਜਾਂ ਉਹਨਾਂ ਨੇ ਕੋਈ ਜ਼ਹਿਰੀਲੀ ਟੀਕਾ ਵਗੈਰਾ ਉਹਨਾਂ ਨੇ ਕੋਈ ਲਾਇਆ ਹੋਇਆ। ਇਹ ਜਿਹੜਾ ਰਣਜੀਤ ਸਿੰਘ ਸੀਗਾ ਵੱਡਾ ਸੀਗਾ ਮੁੰਡਾ, ਇਹਦੀ ਹੈਗੀ ਸੀ ਕੋਈ 35-36 ਸਾਲ ਦੀ। ਜਿਹੜਾ ਛੋਟਾ ਮੁੰਡਾ ਸੀਗਾ ਬੋਨੀ, ਉਹਦੀ ਤਕਰੀਬਨ ਹੈਗੀ ਸੀ 21 ਸਾਲ ਦੀ। ਇਹ ਜਿਹੜਾ ਸੀਗਾ ਆਪਣਾ, ਦੋਵੇਂ ਮੁੰਡੇ ਆਪਣੇ ਘਰ ਦੇ ਹੀ ਕੰਮ ਦੇਖਦੇ ਸੀਗੇ। ਹਾਂ, ਛੋਟੇ ਛੋਟੇ ਜਿਹੇ ਘਰ ਦੇ ਕੰਮ ਨੇ ਕਿ ਇਹਨੇ ਕੋਈ ਮਤਲਬ ਫਾਰਮ ਫੁਰਮ ਪਾਇਆ ਹੋਇਆ ਸੀਗਾ ਆਪਣੇ ਰਵੀ ਜੋ ਵੱਡਾ ਮੁੰਡਾ ਸੀ ਰਣਜੀਤ, ਇਹਨੇ ਘਰ ਹੀ ਕੋਈ ਬਾਕੀ ਘਰ ਦੇ ਹੀ ਆਪਣਾ ਕੰਮ ਦੇਖਦੇ ਸੀਗੇ। ਹਾਂਜੀ, ਅਸੀਂ ਇਸ ਮਹੀਨੇ ਦੇ ਵਿੱਚ ਹੀ ਜ਼ਿਆਦਾਤਰ ਅਸੀਂ ਨੋਟ ਕੀਤਾ ਗਿਆ ਵੀ ਇਸ ਪੂਰੇ ਮਹੀਨੇ ਦੇ ਵਿੱਚ ਘੱਟ ਤੋਂ ਘੱਟ 7-8 ਨੌਜਵਾਨ ਨੇ ਜਿਹੜੇ ਇਸ ਸ਼ਹਿਰ ਦੇ ਅਚਾਨਕ ਗਏ ਨੇ ਗੇ, ਸਾਰੇ ਜਿਹੜੇ ਕਿ ਆਪਾਂ ਵਧੀਆ ਕਹਿ ਸਕਦੇ ਹਾਂ ਮੁੰਡਾ ਨੇ, ਜਿਹਨਾਂ ਨੂੰ ਸੋਚ ਵੀ ਨਹੀਂ ਸਕਦੇ ਸੀ ਵੀ ਇਹ ਚਿੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਜਾਂ ਕਿਸੇ ਗਲਤ ਰਾਹ ਤੇ ਪੈਣਗੇ। ਇਹ ਅਚਾਨਕ ਹੀ ਬੱਚੇ ਇਸ ਪਾਸੇ ਤੁਰੀ ਜਾਂਦੇ ਨੇ ਤੇ ਆਪਣੀ ਜਵਾਨੀ ਜਿਹੜੀ ਆ ਪੰਜਾਬ ਦੀ ਖਤਮ ਹੋਈ ਜਾਂਦੀ ਹੈ। ਇਹ ਤਾਂ ਜੀ ਮੈਂ ਤਾਂ ਇਹ ਕਹਿ ਸਕਦਾ ਕਿ ਸਾਡੇ ਨਾ ਜਿਹੜਾ ਸਰਕਾਰ ਹੈਗੀ, ਸਰਕਾਰਾਂ ਦੀ ਢਿੱਲ ਹੈਗੀ ਤੇ ਇਹ ਜਿਹੜੀ ਸਰਕਾਰ ਸੀਗੀ ਇਹ ਕਹਿੰਦੀ ਸੀ ਵੀ ਸਾਨੂੰ ਤੁਸੀਂ ਮੌਕਾ ਦਿਓ ਤੇ ਅਸੀਂ ਸਫਾਇਆ ਕਰਾਂਗੇ, ਖਾਤਮਾ ਕਰਾਂਗੇ ਚਿੱਟੇ ਦਾ, ਨਸ਼ਿਆਂ ਦਾ। ਤੇ ਤੁਹਾਡੇ ਵੀ ਤੁਹਾਡੇ ਵੀ ਸਰਵੇ ਕੀਤਾ, ਤੁਸੀਂ ਤਾਂ ਰੋਜ਼ ਰਹਿੰਦੇ ਹੋ ਇਹਨਾਂ ਚੀਜ਼ਾਂ 'ਚ, ਤੇ ਸਾਡੇ ਵੀ ਸਰਵੇ 'ਚ ਆਇਆ ਹੋਇਆ ਕਿ ਵੀ ਪਹਿਲਾਂ ਨਾਲੋਂ ਜ਼ਿਆਦਾ ਨਸ਼ਾ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਹੋਇਆ ਪਿਆ ਹੈ। ਤੇ ਮੈਂ ਇੱਥੇ ਜਿਹੜੇ ਸਾਡੇ ਲੋਕਲ MLA ਪਾਰਟੀਬਾਜ਼ੀ ਤੋਂ ਉੱਠ ਕੇ ਬੀਬਾਂ ਨੂੰ ਮੈਂ ਬੇਨਤੀ ਕਰਦਾ ਕਿ ਬਾਕੀ ਰੁਝੇਵੇਂ ਛੱਡ ਕੇ ਆਪਣੇ ਜਿਹੜੇ ਇਹ ਚਿੱਟੇ ਵਾਲੇ ਪਾਸੇ ਜਾਂ ਨਸ਼ਿਆਂ ਵਾਲੇ ਪਾਸੇ ਇੱਧਰ ਧਿਆਨ ਦੇਣ, ਪੁਲਿਸ ਪ੍ਰਸ਼ਾਸਨ ਨੂੰ ਕਾਇਮ ਕਰਨ ਤੇ ਜਿਹੜਾ ਜਿੱਥੇ ਵੀ ਕਿਤੇ ਕੋਈ ਚਿੱਟਾ ਵਿਕਦਾ ਜਾਂ ਕੋਈ ਹੈ ਇਸ ਵੱਲ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਹਾਂ, ਉਹ ਡਿਪਟੀ ਸਾਹਿਬ ਖੁਦ ਸੀਗੇ ਜਿਹੜਾ ਪੁਲਿਸ ਪ੍ਰਸ਼ਾਸਨ, ਉਹ ਤਕਰੀਬਨ ਬਹੁਤ ਵਧੀਆ ਕੰਮ ਕਰ ਰਿਹਾ, ਸਵੇਰ ਦਾ ਉੱਥੇ ਹੀ ਹੈਗਾ ਪੂਰੀ, ਉਹਨਾਂ ਨੇ ਆਪਣੀ ਹਮਦਰਦੀ ਜਤਾਈ ਹੈ ਸਾਡੇ ਨਾਲ ਤੇ
ਸਾਨੂੰ ਭਰੋਸਾ ਵੀ ਦਵਾਇਆ ਵੀ ਜਿੱਦਾਂ ਦੀ ਪੋਸਟਮਾਰਟਮ ਚ ਜਾਂ ਜਿੱਦਾਂ ਦੀ ਗੱਲ ਸਾਹਮਣੇ ਆਊਗੀ ਉਸ ਹਿਸਾਬ ਨਾਲ ਹੀ ਇਹਨਾਂ ਬੱਚਿਆਂ ਦੀ ਕਾਰਵਾਈ ਹੋਊਗੀ। ਪੁਲਿਸ ਤੇ ਸਾਨੂੰ ਵੈਸੇ ਪੂਰਾ ਭਰੋਸਾ ਵੀ ਹੈ, ਸਾਡੇ ਇੱਥੇ ਮਾਂ ਜੋ ਡਿਪਟੀ ਸਾਹਿਬ ਨੇਗੇ ਗੁਰਦੀਪ ਸਿੰਘ ਦਿਓਲ ਜੀ, SHO ਸਾਹਿਬ ਗੁਰਨਾਮ ਸਿੰਘ ਘੁਮਾਲ ਜੀ ਨੇਗੇ, ਦੋਵੇਂ ਬਹੁਤ ਵਧੀਆ ਤਕਰੀਬਨ ਕੰਮ ਕਰ ਰਹੇ ਨੇ। ਪਰ ਜਿਹੜਾ ਚਿੱਟੇ ਦਾ ਰੁਝਾਨ ਜਾਂ ਨਸ਼ਿਆਂ ਦਾ ਰੁਝਾਨ ਵਧੀ ਇੰਨਾ ਹੋਇਆ ਪਿਆ ਗਾ ਵੀ ਮੇਰੇ ਹਿਸਾਬ ਨਾਲ ਵੀ ਇੱਥੇ ਦੁੱਗਣੀ ਤਿੱਗਣੀ ਫੋਰਸ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵਧਾ ਦੇਣਾ ਚਾਹੀਦਾ ਹੈਗਾ, ਤੇ ਮੇਰੇ ਹਿਸਾਬ ਨਾਲ ਵੀ ਪਿੰਡਾਂ ਦੇ ਵਿੱਚ ਹੋਰ ਚੌਂਕੀਆਂ ਖੋਲ ਦੇਣੀਆਂ ਚਾਹੀਦੀਆਂ ਨੇ, ਕਿਉਂਕਿ ਜਿਹੜੇ ਚਿੱਟੇ ਜੋ ਵੇਚਦੇ ਨੇ ਉਹਨਾਂ ਤੇ ਨੱਥ ਪਾਈ ਜਾਵੇ। ਜੇਕਰ ਨਾ ਇਹ ਵਾਪਰੇ ਸਾਡੇ ਦੋ ਭਾਈ ਸੀਗੇ, ਇੱਕ ਵੱਡਾ ਜੀ ਇੱਕ ਛੋਟਾ ਸੀਗਾ, ਉਹਨਾਂ ਦੀ ਅਚਾਨਕ ਓਵਰਡੋਜ਼ ਕਰਕੇ ਸਾਨੂੰ ਕਮਰੇ ਡੈਡ ਬੋਡੀ ਮਿਲੀ ਨੇ ਜੀ। ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਨੌਜਵਾਨੀ ਪੀੜ੍ਹੀ ਆ ਨਸ਼ਿਆਂ ਦੇ ਵੱਲ ਜਾ ਰਹੀ? ਬੇਰੁਜ਼ਗਾਰ ਬੱਚੇ ਕੀ ਕਰਨਗੇ ਜੀ, ਨਸ਼ਾ ਵੱਲ ਹੀ ਜਾਣਗੇ ਜੀ। ਇਹ ਨਸ਼ਿਆਂ ਨੂੰ ਰੋਕਣ ਵਾਸਤੇ ਸਰਕਾਰ ਜਿਹੜੀ ਪੰਜਾਬ ਸਰਕਾਰ ਆਪਣੀ ਉਹਦੀ ਤਰ੍ਹਾਂ ਫੇਲ ਹੈ ਜੀ। ਦਿਨੋਂ ਦਿਨ ਬੱਚੇ ਸਾਡੇ ਨਸ਼ੇ ਨਾਲ ਮਰ ਰਹੇ ਨੇ, ਇਹਦੇ ਵੱਲ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਦਾ ਇੰਨਾ ਕੋਈ ਹੈ ਨਹੀਂ ਧਿਆਨ। ਨੌਜਵਾਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ? ਨੌਜਵਾਨ ਜਿਹੜਾ ਮੁੰਡਾ ਰਣਜੀਤ ਸਿੰਘ ਰਵੀ ਹੈਗਾ, ਉਹ ਤਾਂ ਘਰ ਹੀ ਖਾਲੀ ਹੋ ਗਿਆ ਜੀ, ਸਾਰਾ ਮੰਮੀ ਡੈਡੀ ਭਰਾ ਹੁਣ ਇਕੱਲਾ ਸੀਗਾ ਜੀ, ਇਹ ਹੁਣ ਘਰ ਚ ਕੋਈ ਨੀ ਗਿਆ ਜੀ ਇਸ ਤੋਂ ਬਾਅਦ। ਜਿਹੜਾ ਛੋਟਾ ਮੁੰਡਾ ਸੀਗਾ, ਚਲੋ ਤਿੰਨ ਭਾਈ ਨੇਗੇ ਪਰ ਜਵਾਕ ਤਾਂ ਜਵਾਕ ਹੀ ਹੁੰਦੇ ਨੇ ਜੀ। ਇਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਵੀ ਲਗਾਤਾਰ ਜਿਹੜਾ ਕਹਿੰਦਾ ਰੇਡਾਂ ਕਰ ਰਹੇ ਹੈ, ਪਰ ਫਿਰ ਵੀ ਜਿਹੜਾ ਨਸ਼ਾ ਜਿਹੜਾ ਪ੍ਰਸ਼ਾਸਨ ਕਰਤਾ ਰਿਹਾ ਜੀ, ਪਰ ਰਿਜ਼ਲਟ ਨਹੀਂ ਮਿਲ ਰਿਹਾ। ਗੱਲ ਹੋ ਰਹੀ ਜਦੋਂ ਅੰਮ੍ਰਿਤਪਾਲ ਨੂੰ ਫੜਨਾ ਸੀਗਾ ਇਹਨਾਂ ਨੇ, ਸੈਂਟਰ ਚੋਂ ਪੁਲਿਸ ਬੁਲਾ ਕੇ ਫੋਰਸ ਬੁਲਾ ਕੇ ਮਿੰਟੋ ਮਿੰਟੀ ਉਹਨੂੰ ਚੱਕ ਲਏਗਾ, ਕੀ ਗੱਲ ਨਸ਼ਾ ਨਹੀਂ ਚੱਕੇ ਜਾਂਦੇ ਹੈਗੇ? ਜੇ ਉਵੇਂ ਕਾਰਵਾਈ ਹੈ ਨਸ਼ਿਆਂ ਦੇ ਕਰਨ ਤਾਂ 5 ਮਿੰਟ ਦੇ ਵਿੱਚ ਹਸਪਾਇਆ ਹੋਊਗਾ ਜੀ ਨਸ਼ੇ ਦਾ ਚਿੱਟੇ ਦਾ। ਕੀ ਮੰਗ ਕਰ? ਅਸੀਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਨਸ਼ਾ ਵੇਚ ਰਹੇ ਨੇ, ਕੁਛ ਵੀ ਕਰ ਰਹੇ ਨੇ ਗਲਤ ਅਨਸਰ, ਉਹਨਾਂ ਤੇ ਹੱਥ ਪਾਈ ਜਾਵੇ ਤਾਂ ਜੋ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਸਮਝਿਆ ਜਾਵੇ। ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਰਾਮਪੁਰਾ ਰੋਡ ਭਵਾਨੀਗੜ੍ਹ ਵਿਖੇ ਰਣਜੀਤ ਸਿੰਘ ਉਰਫ ਰਵੀ ਅਤੇ ਬਨੀ ਸਿੰਘ ਨਾਂ ਦੇ ਵਿਅਕਤੀਆਂ ਦੀਆਂ ਦੋ ਡੈੱਡ ਬੋਡੀਆਂ ਘਰ ਦੇ ਵਿੱਚ ਪਈਆਂ ਨੇ, ਜਿਹਦੇ 'ਤੇ ਮੌਕੇ 'ਤੇ ਪੁਲਿਸ ਪਾਰਟੀ ਗਈ ਹੈ ਅਤੇ ਉਦੋਂ ਬਾਅਦ ਜਿਹੜੇ ਹੈਗੇ ਵਾਰਸਾਂ ਨੇ ਅਜੇ ਬਿਆਨ ਨਹੀਂ ਲਿਖਾਇਆ ਇਹਦੇ ਸੰਬੰਧੀ। ਜੋ ਵੀ ਵਾਰਸ ਬਿਆਨ ਦੇਣਗੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ 'ਚ ਲਿਆਂਦੀ ਜਾਵੇ। ਸਰ ਜਿਵੇਂ ਮਤਲਬ ਕਿ ਜਿਹੜੀਆਂ ਡੈੱਡ ਬੋਡੀਆਂ ਦੇ ਮੌਕੇ 'ਤੇ ਉਹ ਡੈੱਡ ਹੋ ਚੁੱਕੇ ਸੀ ਜਦੋਂ ਤੁਸੀਂ ਜਾ ਕੇ ਦੇਖੋ? ਹਾਂ, ਮਰੇ ਪਏ ਸੀ।